जिस बाहर
मन में है।
जागता सतगुरु
ਆਖਰੀ ਲਾਈਨ ਅੰਦਰ ਇੱਕ ਗੱਲ ਹੋਰ ਐਡ ਕਰ ਦਿੱਤੀ ਹੈ। ਮਲ ਨੂੰ ਭੁੱਲੀ ਜਗ ਭੁਲਾਨਾ, ਹਮ ਭੁਲਾਨੇ ਨਾ ਰੇ ਜਗ ਭੁਲਾਨਾ, ਭੁੱਲੀ ਮਲ ਨੀ ਪਤੀ ਤੋਰੇ ਮਲ ਨੀ ਭੁੱਲੀ ਸਰ ਜੀਉ ਕਾਟੇ ਮਲ ਨੂੰ ਭੁੱਲੀ ਸਰ ਜੀਉ ਕਾਟੇ ਨਿਰਜੀਉ ਪੂਜੇ ਮਲ ਨੂੰ ਭੁੱਲੀ ਜਿਹਨੇ ਅਗਵਾਈ ਕਰਨੀ ਸੀ ਉਹਨੇ ਗੁੰਮਰਾਹ ਕਰ ਦਿੱਤਾ। ਕੱਲ ਵਾਲੇ ਸ਼ਬਦ ਦਾ ਦੁਹਾਰ ਕੀ ਲਿੰਕ ਜੋੜਨਾ ਚਾਹੁੰਦਾ, ਲੜੀ ਜੋੜਨਾ ਚਾਹੁੰਦਾ। ਰਾਤ ਵਾਲਾ ਸ਼ਬਦ ਸੀ ਰੱਬ ਨੂੰ ਦੇਖਣ ਲਈ ਹਰ ਇੱਕ ਦਾ ਜੀ ਕਰਦਾ ਹੈ। ਜਦੋਂ ਦਾ ਉਹਨੇ ਸੁਣਿਆ ਕਿ ਜੀਵਨ ਤੋਂ ਗਣੀ ਹੈ ਹਰ ਭੇਖਾ, ਜੀਵਨ ਹੀ ਤਾਂ ਹੈ ਜੇ ਰੱਬ ਦੇਖ ਲਈਏ। ਕਾਹਦਾ ਜੀਵਨ ਹੈ ਜਿਹਨੇ ਰੱਬ ਹੀ ਨਹੀਂ ਦੇਖਿਆ? ਜਿਸ ਰੱਬ ਦਾ ਦਿੱਤਾ ਖਾ ਰਿਹਾ ਹੈ, ਜਿਸ ਰੱਬ ਦਾ ਦਿੱਤਾ ਪਹਿਣ ਰਿਹਾ ਹੈ, ਜਿਸ ਦਾ ਜੀਵ ਦਿੱਤਾ ਭੋਗ ਰਿਹਾ ਹੈ। ਜਿਨ ਜੀਉ ਪਿੰਡ ਮੁੱਖ ਨੱਕ ਦੀਆ, ਵਰਤਨ ਕੋ ਪਾਣੀ, ਅੰਨ ਖਾਣਾ ਕੱਪੜ ਪਹਿਨਣ ਦੀਆ, ਰਸਮ ਉਹਨੂੰ ਜਾਣਦੇ ਕਦੀ ਇਹਦੇ ਮਨ ਵਿੱਚ ਚਾਅ ਹੀ ਨਹੀਂ ਪੈਦਾ ਹੋਇਆ ਉਹਨੂੰ ਦੇਖਣ ਦਾ। ਮੇਰਾ ਗੱਲਾਂ ਵਿੱਚ ਹੀ ਸੰਤੁਸ਼ਟ ਹੈ, ਗੱਲੀ ਹੋ ਸੁਹਾਗਣ ਬਹਿਣੇ, ਕੰਤ ਨਾ ਕਹੂ ਹੂੰ ਮੈਂ ਮਿਲਿਆ। ਮੈਨੂੰ ਪ੍ਰੀਤਮ ਕਦੀ ਨਹੀਂ ਮਿਲਿਆ, ਉਹਦੀਆਂ ਗੱਲਾਂ ਕਰ ਛੱਡਣੀਆਂ। ਜਿੰਨੇ ਗੁਰਦੁਆਰੇ ਮੰਦਰ ਠਾਕਰ ਦੁਆਰੇ ਸ਼ਿਵ ਦੁਆਰੇ ਸਭ ਗੱਲਾਂ ਹੀ ਕਰਨ ਜੋਗੇ ਨੇ, ਇੱਥੇ ਆ ਕੇ ਉਹਦੀਆਂ ਗੱਲਾਂ ਜ਼ਰੂਰ ਹੁੰਦੀਆਂ ਨੇ, ਮਿਲਣ ਮਿਲਾਉਣ ਵਾਲੀ ਗੱਲ ਬਹੁਤ ਦੂਰ ਹੈ। ਤੇ ਬ੍ਰਾਹਮਣ ਨੇ ਮਨੁੱਖ ਦੀ ਇਸ ਖਾਸ ਦਾ ਫਾਇਦਾ ਉਠਾਇਆ, ਕੀਮਤ ਵੱਟੀ। ਬ੍ਰਾਹਮਣਿਜ਼ਮ ਤੋਂ ਗੁਰੂ ਨੇ ਸਾਨੂੰ ਕਿਉਂ ਚੌਕਸ ਕੀਤਾ? ਮਨੁੱਖ ਦੀ ਜਿਹੜੀ ਲੋੜ ਹੋਵੇ ਨਾ, ਜਿਹਦੀ ਇੱਛਾ ਹੋਵੇ, ਦੁਨੀਆਂ ਦੇ ਵਪਾਰੀ ਲੋਕ ਉਸ ਇੱਛਾ ਨੂੰ ਭਾਪ ਕੇ ਉਹਦਾ ਫਾਇਦਾ ਉਠਾਉਂਦੇ ਨੇ। ਉਹਦੀ ਅਸਰ, ਉਹਦੀ ਨਕਲ ਕੋਈ ਨਾ ਕੋਈ ਪੈਦਾ, ਉਹਨੂੰ ਪਤਾ ਲੋਕਾਂ ਨੂੰ ਲੋੜ ਹੈ, ਆਪੇ ਖਰੀਦਣਗੇ। ਇੰਨੀ ਕੁ ਗੱਲ ਜਦੋਂ ਮਨੁੱਖਤਾ ਦੇ ਕੰਨੀ ਪਈ ਨਾ ਕਿ ਜੀਵਨ ਤੋਂ ਗਣੀਏ ਹਰ ਭੇਖਾ, ਰੱਬ ਨੂੰ ਵੇਖੇ ਬਿਨਾਂ ਕਾਹਦਾ ਜੀਵਨ। ਬਜਾਏ ਇਸ ਗੱਲ ਦੇ ਕਿ ਇਹ ਸਮਝਾਈਏ ਕਿਵੇਂ ਵੇਖਿਆ ਜਾਏ, ਰਾਤ ਵੀ ਖਿਆਲ ਆਇਆ ਸੀ ਰੱਬ ਸੂਖਸ਼ਮ ਹੈ, ਕਿੰਨਾ ਸੂਖਸ਼ਮ ਹੈ। ਇਹਦਾ ਵਿਸਥਾਰ ਰਾਤ ਦੇ ਸਮਾਗਮ ਵਿੱਚ ਹੋ ਚੁੱਕਾ ਕਿ ਸੂਖਸ਼ਮ ਅਸੀਂ ਤਾਂ ਚੌਥੀ ਥਾਂ ਤੇ ਸਥੂਲ ਹੋਏ ਹੋਏ। ਸੱਚ ਤੇ ਪਾਵਣਾ ਪਾਇਆ, ਪਾਵਣੇ ਤੇ ਜਲ ਹੋਏ, ਜਲ ਤੇ ਤੇਰੇ ਭਵਨ ਸਾਜੇ, ਚੌਥੀ ਥਾਂ। ਇੰਨਾ ਸੂਖਸ਼ਮ ਪ੍ਰਭੂ ਕਿਵੇਂ ਮਿਲੇ, ਕਿਵੇਂ ਕੋਈ ਦੇਖੇ? ਹੈ ਵੀ ਗੱਲ ਮੁਸ਼ਕਲ ਸੀ, ਇੰਨਾ ਸੂਖਸ਼ਮ ਅੱਖਾਂ ਲਿਆਵੇ, ਸੂਰਤ ਦੀਆਂ ਅੱਖਾਂ ਤਾਂ ਦੇਖੇ। ਤੇ ਬ੍ਰਾਹਮਣ ਕੋਲ ਇਹ ਸਾਧਨ ਹੈ ਨਹੀਂ ਸੀ, ਉਹਨੇ ਆਖਿਆ
ਮੇਰੇ ਗਾਹਕ ਨਾ ਕਿਤੇ ਚਲੇ ਜਾਣ। ਮੈਂ ਕਿਉਂ ਨਾ ਇਹਨਾਂ ਦੀ ਮਰਜ਼ੀ ਦਾ ਭਗਵਾਨ ਬਣਾ ਲਿਆ। ਸੁਰਤ ਦੀਆਂ ਅੱਖਾਂ ਜਗਾਉਣ ਦੀ ਖੋਲਣ ਦੀ ਤਾਂ ਬੜੀ ਮੁਸ਼ਕਲ ਹੈ ਨਾ, ਉਹ ਤਾਂ ਗਿਆਨ ਅੰਜਨ ਗੁਰ ਦੀ ਆਈ ਤਾਂ ਹੀ ਹੋ ਸਕਦੀਆਂ, ਜਿਸ ਨਾਲ ਸੂਖਮ ਪ੍ਰਭੂ ਨੂੰ ਦੇਖਣ। ਇਹਨਾਂ ਅਡੰਬਰ ਕੌਣ ਕਰੇ, ਕਿਉਂ ਨਾ ਭਗਵਾਨ ਸਥੂਲ ਬਣਾ ਦਿਆ, ਇਹਨਾਂ ਵੇਖਣਾ ਹੀ ਇਹਨਾਂ, ਇਹਨਾਂ ਨੂੰ ਕੀ ਪਤਾ ਭਗਵਾਨ ਕੀ। ਲੋ ਇੱਥੋਂ ਸਾਡਾ ਕਰਮ ਸਾਰਾ ਕਰਮ ਕਾਂਡ ਤੇ ਭਰਮ ਪੈਦਾ ਹੋਇਆ। ਹਾਲਾਂਕਿ ਇਹ ਗੱਲ ਗੁਰੂ ਨੇ ਉਸ ਲਾਈਨ ਵਿੱਚ ਵੀ ਆਖ ਦਿੱਤੀ, ਜੀਵਨ ਤੋ ਗਣੀਏ ਹਰ ਭੇਖਾ। ਅਗਲੀ ਲਾਈਨ ਪੜ੍ਹੋ, ਕਰ ਕਿਰਪਾ ਪ੍ਰੀਤਮ ਮਨਮੋਹਨ ਹੋਰ ਭਰਮ ਕੀ ਰੇਖਾ। ਭਰਮ ਦੀ ਰਕੀਲਤਾ ਮਿਟਾਣੀ ਹੈ, ਨਵੇਂ ਭਰਮ ਪੈ ਗਏ। ਸੂਕਸ਼ਮ ਰੱਬ ਦਿਖਾਉਣਾ ਔਖਾ ਹੈ, ਇਸ ਲਈ ਚੰਗੀ ਗੱਲ ਹੈ ਸਥੂਲ ਰੱਬ ਬਣਾਉਂਦੇ। ਇੱਥੋਂ ਇਸ ਸ਼ਬਦ ਦਾ ਆਰੰਭ ਹੋਇਆ ਹੈ ਲੜੀ ਮੋੜੇ ਪਾਸੇ ਜਾਣਾ ਚਾਹੁੰਦਾ। ਉਹਨੇ ਸਥੂਲ ਰੱਬ ਬਣਾਉਣਾ ਸ਼ੁਰੂ ਕਰ ਦਿੱਤਾ, ਕਿਹੜੀ ਅਜੀਬ ਘਟਨਾ ਵਾਪਰੀ। ਹੁਣ ਤੱਕ ਇਹ ਸੁਣਦੇ ਸਾਂ ਰੱਬ ਸ੍ਰਿਸ਼ਟੀ ਬਣਾਉਂਦਾ, ਰੱਬ ਨੇ ਮਨੁੱਖ ਨੂੰ ਬਣਾਇਆ, ਇਹੋ ਹੀ ਸੁਣਦੇ। ਰੱਬ ਕਰਤਾ ਪੁਰਖ, ਰੱਬ ਮਨੁੱਖ ਬਣਾਉਂਦਾ, ਪਰ ਗੱਲ ਉਲਟ ਹੋ ਗਈ, ਮਨੁੱਖ ਰੱਬ ਬਣਾਉਣ ਲੱਗ ਪਿਆ। ਉਹਨੇ ਪੱਥਰ ਦੇ ਸੀਨੇ ਤੇ ਪੈਰ ਰੱਖਿਆ, ਹੱਥ ਵਿੱਚ ਹਥੌੜੀ ਲਈ, ਪੱਥਰ ਚੁੱਕ ਲਿਆ, ਛੈਣੀ ਲਈ, ਹਥੌੜੀ ਲਈ ਤੇ ਪਖਾਨ ਕੱਢ ਕੇ ਮੂਰਤ ਕਿੰਨੀ, ਤੇ ਉਸ ਮੂਰਤ ਦਾ ਨਾਂ ਰੱਖ ਦਿੱਤਾ ਭਗਵਾਨ। ਮਨੁੱਖ ਨੇ ਭਗਵਾਨ ਕਰ ਦਿਆ, ਕਿਹੜੀ ਅਜੀਬ ਗੱਲ ਸੀ। ਹੁਣ ਤੱਕ ਕਹਿੰਦੇ ਸਰ ਭਗਵਾਨ ਮਨੁੱਖ ਨੂੰ ਕਰਦਾ, ਕਰਤਾ ਪੁਰਖ ਉਹ ਹੈ। ਕਹਾਣੀ ਉਲਟੋ, ਮਨੁੱਖ ਨੇ ਭਗਵਾਨ ਕਰਨਾ ਸ਼ੁਰੂ ਕਰ ਦਿੱਤਾ, ਉਹ ਵੀ ਪੱਥਰ ਵਿੱਚ। ਜਿੰਨੀ ਦੇਰ ਉਹਦੇ ਪੈਰ ਥੱਲੇ ਦੱਬਿਆ ਹੋਵੇ ਉਨੀ ਦੇਰ ਪਤ ਭਗਵਾਨ ਨੇ, ਤੇ ਜੇ ਉਦੋਂ ਵੀ ਉਹ ਭਗਵਾਨ ਤਾਂ ਡਰਦਾ ਨਾ, ਉਹ ਖੜਨ ਵਾਲਾ ਵੀ ਮੈਂ ਉਹਦੇ ਸੀਨੇ ਤੇ ਪੈਰ ਧਰ ਕੇ ਬੈਠਾ, ਇਹਦਾ ਭਗਵਾਨ ਹੈ। ਮਨੁੱਖ ਨੂੰ ਤਾਂ ਇੰਨਾ ਪਤਾ ਲੱਗਦਾ ਹੈ ਨਾ, ਅਗਲੇ ਗਲੀਆਂ 'ਚ ਫਿਰਨ ਵਾਲਾ ਮਨੁੱਖ ਨੂੰ ਕੱਲ੍ਹ ਨੂੰ ਕਿਸੇ ਨੂੰ ਮਿਨਿਸਟਰ ਬਣਾ ਦੇਣੇ, ਪਹਿਲਾਂ ਹੀ ਉਹਦੇ ਕੋਲ ਡਰਨ ਲੱਗ ਪੈਂਦਾ, ਇਹ ਕੱਲ੍ਹ ਨੂੰ ਅਫਸਰ ਬਣ ਗਿਆ ਮੇਰਾ ਕੀ ਕਰੇਗਾ। ਤੇ ਘੜਨ ਵਾਲਾ ਨਹੀਂ ਡਰ ਰਿਹਾ, ਕੱਲ੍ਹ ਨੂੰ ਇਹਨੇ ਭਗਵਾਨ ਬਣ ਜਾਣਾ, ਜਿਸ ਦਿਨ ਠਾਕੁਰ ਦੁਆਰੇ ਵਿੱਚ ਜਾ ਬੈਠਾ, ਫਿਰ ਮੇਰਾ ਕੀ ਕਰੇਗਾ, ਡਰਦਾ ਹੀ ਨਹੀਂ। ਹੁਣ ਪਤਾ ਹੈ ਭਗਵਾਨ ਤੇ ਮੈਂ ਬਣਾਉਣਾ ਇਹਨੂੰ, ਇਹ ਤੇ ਭਗਵਾਨ ਹੈ। ਪਰ ਕਿਹੜੀ ਅਜੀਬ ਗੱਲ ਹੈ, ਜਦੋਂ ਉਹਨੇ ਭਗਵਾਨ ਆਖ ਦਿੱਤਾ ਨਾ, ਤੇ ਜਿਹੜੀ ਗੱਲ ਭਗਵਾਨ ਆਖ ਦਿੱਤੀ ਉੱਥੇ ਦੇ ਮਾਲਕ ਵੀ ਭੁੱਲ ਗਏ। ਲੋ ਇੱਥੋਂ ਗੱਲ ਆਰੰਭ ਹੁੰਦੀ, ਜਦੋਂ ਪਖਾੜ ਪੱਥਰ ਨੂੰ ਘੜ ਕੇ ਘੜਨਹਾਰੇ ਨੇ ਇੱਕ ਮੂਰਤੀ ਬਣਾਈ ਤੇ ਕਿਸੇ ਠਾਕੁਰ ਦੁਆਰੇ ਵਿੱਚ ਪਹੁੰਚਦਿਆਂ ਹੀ, ਸਥਾਪਿਤ ਹੁੰਦਿਆਂ ਹੀ ਉਹ ਭਗਵਾਨ ਬਣ ਗਏ। ਫਿਰ ਹੁਣ ਭਗਵਾਨ ਨਾਲ ਕਿਹੋ ਜਿਹਾ ਵਰਤਾਓ ਹੋਣਾ ਚਾਹੀਦਾ, ਭਗਵਾਨ ਦਾ ਕਿੰਨਾ ਕੁ ਮਾਣ ਸਨਮਾਨ ਹੋਣਾ ਚਾਹੀਦਾ, ਭਗਵਾਨ ਨੂੰ ਕਿਵੇਂ ਭੋਗ ਲੱਗਣੇ ਚਾਹੀਦੇ, ਭਗਵਾਨ ਦੀਆਂ ਕਿਵੇਂ ਆਰਤੀਆਂ ਹੋਣੀਆਂ ਚਾਹੀਦੀਆਂ, ਇਹ ਸਾਰਾ ਕੁਝ ਦੱਸਣਾ ਪੈਣਾ ਸੀ। ਭਗਵਾਨ ਆਪ ਤੇ ਦੱਸ ਨਹੀਂ ਸੀ ਸਕਦਾ, ਉਹਨੇ ਭਗਵਾਨ ਹੀ ਉਹ ਬਣਾਇਆ ਜਿਹੜਾ ਆਪ ਕੁਝ ਨਾ ਦੱਸੇ, ਨਾ ਪਾਥਰ ਬੋਲੇ, ਨਾ ਕਿਸ ਦੇ। ਭਗਵਾਨ ਆਪ ਨਹੀਂ ਦੱਸ ਰਿਹਾ ਕਿ ਮੇਰੀ ਆਰਤੀ ਕਿਵੇਂ ਕਰੋ, ਆਪ ਦੱਸਦਾ ਤਾਂ ਗੁਰੂ ਨਾਨਕ ਨੂੰ ਇਹ ਗੱਲ ਨਾ ਕਹਿਣੀ ਪੈਂਦੀ, ਗੰਗ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨ ਕਬੂਤੀ, ਧੂਪ ਮਲੀਹਨ ਲੋ ਪਵਨ ਚਬਰੋ ਕਰੇ ਸਗਲ ਬਣ ਰਾਏ ਫੁਲੰਤ ਜੋ, ਕੈਸੀ ਆਰਤੀ ਹੋਏ ਭਾਵ ਖੰਡ ਨਾ ਤੇਰੀ ਆਰਤੀ, ਅਣਹਤਾ ਸ਼ਬਦ ਵਜਨ ਤਵੇ। ਇਹ ਗੱਲ ਗੁਰੂ ਨਾਨਕ ਨੂੰ ਨਾ ਸਮਝਾਉਣੀ ਪੈਂਦੀ, ਪਰ ਜਿਸ ਪੱਥਰ ਦੀ ਮੂਰਤ ਪੱਥਰ ਦੇ ਭਗਵਾਨ ਦੇ ਸਾਹਮਣੇ ਆਰਤੀ ਹੋ ਰਹੀ ਸੀ, ਉਹ ਤੇ ਬੋਲਦਾ ਹੀ ਨਹੀਂ ਸੀ, ਉਹਨੇ ਦੱਸਿਆ ਹੀ ਨਹੀਂ ਮੇਰੀ ਆਰਤੀ, ਜਿਵੇਂ ਬ੍ਰਹਮ ਨੇ ਦੱਸੀ ਗਿਆ ਲੋਕ ਕਰੀ। ਹੁਣ ਇੱਥੋਂ ਦਾ ਸ਼ਬਦ ਸ਼ੁਰੂ ਕਰੇਗੀ,
ब्राह्मण ने भगवान खड़ा कर लिया दिसन वाला ताकि मैं हारिक नूं आख सका आ भगवान है तो दर्शन ही करने ना जीवन तो गई है पेखा ओ जेड़ा सूक्ष्म भगवान है मैं नहीं दिखा सकता ये भी नहीं दसिया आप मैं दरवाजा खोलना मंदिर दा तू आई पेटा लैके मैं तेनू भगवान दिखा दिया जगन्नाथपुरी का मंदिर है जगन्नाथपुरी जाओ ना उसे बड़ा वाला मंदिर है देख के तो कई कुछ मन अंदर शंके चलो उतों के ब्राह्मण आए हुए यात्रियों को वेख के फीस निश्चित करते हैं अब तुहानू भगवान जगन्नाथ नहीं मिल सकते अज नहीं मिल सकते और यह कहानियां अज के युग अंदर भी पै रही ने मैं उन्होंने दिन अंदर उठ गया तो गुरु नानक पातशाह जी का भी अस्थान उठे आया आरती उच्चारण की उन्होंने दिन अंदर उठ उड़ीसा जगन्नाथपुर का मंदिर कोई सेठ आया पैसे की आस सी कहने लगे आज भगवान जगन्नाथ मौसी के घर गए हुए हैं नहीं आ सके हाँ जे इतनी भीड़ भेटा दो ता मैसेज पहुंचा सकते हैं कल शाम कल सुबह दर्शन हो जाएंगे ऐस किस्म के आडंबर रचे जा रहे हैं भगवान अपनी मर्जी से बना रहे हैं बाकी कहानी बड़ी लंबी है जो नहीं जाना जो पक्षी देख के आया तो बेहस कर रहे सर हूँ जो ब्राह्मण ने आख दिता है भगवान है वही भगवान है घड़िया आप है रब घड़िया मनुख ने मनुख रब नहीं घटता मनुख ने आप रब घट लिया है हूँ उनकी पूजा कैसे होनी है इसे लिए मालिक सब तो पहले पुछ गए क्यों का भी अपना व्यापार ब्राह्मण ने भी धर्म बिजनेस बनाने लिए रब कट लिया भगवान कट लिया ते मालूम तो अपना व्यापार से उन्हें फुल कितने सुटने सन आखिर पैदा करने करने सन कितने पेट चढ़ाने कोई खरीदेगा कोई फूल माला बनाएगा पावे हो जाके गुरुद्वारे चढ़ावे जब पावे हो मंदिर भी चढ़ावे आखिर तो कितने कम होने मालिक का अपना व्यापार उस भुल मालन सब तो पहला उन्हें आखिया सवेरे सवेरे फुल पत्तियां तैयार करा ताकि वो फुल पत्तियां भगवान के दर से पेश की जाए हो जाए बाबा कबीर जी अपनी रचना को इस शब्द द्वारा संबोधन करते कहते पत्तियां तोड़ दी है पत्ती पत्ती कर दी पत्ती कर दी फूलों की पत्ती तो है मालिनी पत्ती पत्ती दियो बाबा कबीर देखते हैं परम कट्टन वाले एक ख्याल करें श्री गोविंद साहब विच ओहो कुछ इकहत्तर किया गया कि साडा शब्द गुरु है बड़े लिखे पाए जा रहे हैं अज के युग अंदर मैं नाल वो गल संबंधित करना पड़ता है कल ही परसों गुरबाणी प्रोग्राम टीवी स्टेशन पर इंटरव्यू चल रही थी उत्थे भी सवाल खड़ा हुआ कुछ लोग शरारत कर रहे हैं आखिर ने गुरबाणी कबीर जुलाई में क्यों बिठाया हुआ इतने शेख फरीद का की थान है तुसी गुरबाणी आखते हो साडे गुरु ने इसलिए उन्होंने विचों कढ़ो और हो रहा चर्चा दिन ब दिन श्री गुरु ग्रंथ साहब के हमले हो रहे हैं वो
ਉਹ ਭਲਿਓ ਜਾਗਣ ਦੀ ਲੋੜ ਹੈ। ਕੇਵਲ ਅਤੇ ਕੇਵਲ ਇਸ ਚਾਰ ਦੀਵਾਰੀ ਵਿੱਚ ਬੈਠ ਕੇ ਗੱਲਾਂ ਸੁਣ ਕੇ ਜਾਂ ਕਰਕੇ ਹੀ ਸਮਾਂ ਪਾਸ ਕਰਨ ਦਾ ਸਮਾਂ ਨਹੀਂ। ਆਪਣਾ ਵਿਸ਼ਾ ਸੰਭਾਲੋ, ਹਰ ਪਾਸਿਓਂ ਹਮਲਾ ਹੋ ਗਿਆ। ਇਹ ਪਰਸੋਂ ਦੀ ਕੀਮਤ ਨਹੀਂ ਹੋਈ ਕਿ ਇਹ ਕੱਢੋ। ਜਿੱਤੀ ਜਿੱਤੀ ਰੂਪ ਵਿੱਚ ਮੇਰੇ ਕੋਲ ਵੀ ਆਇਆ, ਜਿਹਨਾਂ ਨੇ ਕਢਾਇਆ ਇਹ ਚੀਜ਼ ਬਕਾਇਦਾ, ਉਹਨਾਂ ਲਿਖਤੀ ਪੈਂਫਲਿਟ ਛਪਵਾਏ ਨੇ, ਪੈਂਫਲਿਟ ਛਾਪ ਛਪਵਾ ਕੇ ਵੰਡੇ ਨੇ, ਘਰ ਘਰ ਪਹੁੰਚਾਏ ਨੇ। ਇਹ ਸਭ ਚੀਜ਼ਾਂ ਕੱਢੀਆਂ ਜਾਣ, ਇਹ ਵਿਚਿੱਤਰ ਨਾਟਕ ਦੀ ਰਚਨਾ ਵਿੱਚ ਪਾਈ ਜਾ ਪਹੁੰਚੋ ਗੁਰੂ ਦੀ, ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੁਬਾਰਾ ਆਰਗੇਨਾਈਜ਼ ਕੀਤਾ ਜਾਵੇ, ਸ੍ਰੀ ਗੁਰੂ ਗ੍ਰੰਥ ਸਾਹਿਬ ਦੁਬਾਰਾ ਸੰਪੂਰਨ ਕੀਤਾ ਜਾਵੇ। ਇਹ ਅਜੇ ਪਰਸੋਂ ਦੀ ਗੱਲ, ਮੈਂ ਤੁਹਾਨੂੰ ਪੈਂਫਲਿਟ ਦਿਖਾ ਸਕਦਾ। ਪੰਚ ਖਾਲਸਾ ਵੱਲੋਂ ਨਾਮ ਰੱਖ ਕੇ ਉਸ ਜਥੇਬੰਦੀ ਦਾ ਉਹਦੇ ਵੱਲੋਂ ਛਪਿਆ ਹੋਇਆ ਹੈ, ਪਸੌੜ ਤੋਂ ਛਪਿਆ। ਨਾਲ ਇੱਕ ਆਰਟੀਕਲ ਹੈ ਇੰਗਲਿਸ਼ ਦਾ, ਉਹ ਵੀ ਇਸੇ ਗੱਲ 'ਤੇ ਜ਼ੋਰ ਦੇ ਰਿਹਾ। ਮੇਰੇ 'ਤੇ ਸਮਾਗਮ ਨੇ ਇੱਕ ਸਵਾਲ ਕੀਤਾ ਸੀ ਤੁਹਾਡੀ ਕੀ ਹੈ, ਅਤੇ ਮੈਂ ਉਹਨਾਂ ਨੂੰ ਇੱਕ ਗੱਲ ਕਹੀ ਸੀ, ਭਾਵੇਂ ਬਾਬਾ ਕਬੀਰ ਜੁਲਾ ਹੈ, ਭਾਵੇਂ ਬਾਬਾ ਨਾਮਦੇਵ ਛੀਂਬਾ ਹੈ, ਭਾਵੇਂ ਸ਼ੇਖ ਫਰੀਦ ਮੁਸਲਮਾਨ ਹੈ, ਇਹ ਤਾਂ ਸਰੀਰ ਨੇ। ਸਰੀਰ ਵਿੱਚ ਆਉਣ ਤੋਂ ਬਾਅਦ ਕੋਈ ਮੁਸਲਮਾਨ ਹੁੰਦਾ, ਕੋਈ ਹਿੰਦੂ ਹੁੰਦਾ, ਕੋਈ ਜੁਲਾਹਾ ਹੁੰਦਾ, ਕੋਈ ਨਾਮਦੇਵ ਕੀਰਤਨ ਨਾਲ ਹੁੰਦਾ ਬਾਅਦ ਵਿੱਚ। ਅਤੇ ਅਸੀਂ ਤਾਂ ਸਰੀਰ ਨੂੰ ਗੁਰੂ ਮੰਨ ਹੀ ਨਹੀਂ ਗਏ, ਅਸੀਂ ਤਾਂ ਸਰੀਰ ਨੂੰ ਗੁਰੂ ਮੰਨੀ, ਸਾਡੇ ਗੁਰੂ ਨੇ ਇੱਕ ਫੈਸਲਾ ਕਰ ਦਿੱਤਾ, ਜੋਤ ਉਹ ਆ ਜੁਗਤ ਸਾਹਿਬ ਸਕਾਇਮ ਫਿਰ। ਅਸੀਂ ਤਾਂ ਜੁਗਤ ਨੂੰ ਗੁਰੂ ਮੰਨ ਰਹੇ ਹਾਂ, ਜਿਹੜੀ ਜੁਗਤ ਸਾਏ ਹੈ, ਅਤੇ ਜੁਗਤ ਭਾਵੇਂ ਗੁਰੂ ਨਾਨਕ ਦੀ ਰਚਨਾ ਤੋਂ ਨਿਕਲੀ ਦੇਹ ਵਿੱਚੋਂ, ਭਾਵੇਂ ਗੁਰੂ ਅੰਗਦ ਦੇਵ ਸਾਹਿਬ ਦੀ ਰਚਨਾ ਤੋਂ ਨਿਕਲੀ, ਸਾਡੇ ਇਸ ਲਈ ਕਹਿਤਾ ਇੱਕਾ ਬਾਣੀ ਇੱਕ ਗੁਰ, ਸਾਡੀ ਜੁਗਤ ਇੱਕ ਗੁਰ। ਅਤੇ ਉਹ ਜੁਗਤ ਭਾਵੇਂ ਬਾਬਾ ਕਬੀਰ ਦੀ ਰਚਨਾ ਤੋਂ ਨਿਕਲੀ ਹੈ, ਭਾਵੇਂ ਬਾਬਾ ਨਾਮਦੇਵ ਦੀ ਜਾਂ ਸ਼ੇਖ ਫਰੀਦ ਦੀ ਜ਼ਬਾਨ, ਅਸੀਂ ਤਾਂ ਜੁਗਤ ਨੂੰ ਗੁਰੂ ਮੰਨ ਰਹੇ ਹਾਂ। ਅਸੀਂ ਨਹੀਂ ਪੈਂਦੇ ਇਹਨਾਂ ਝਗੜਿਆਂ ਵਿੱਚ ਕਿ ਕਬੀਰ ਕੌਣ ਸੀ, ਜੁਲਾਹਾ ਸੀ, ਜਾਂ ਨਾਮਦੇਵ ਕੌਣ ਸੀ, ਛੀਬਾ ਸੀ, ਜਾਂ ਸ਼ੇਖ ਫਰੀਦ ਜਿਹੜਾ ਉਹ ਮੁਸਲਮਾਨ, ਸਾਡਾ ਕੋਈ ਮਕਸਦ ਨਹੀਂ। ਅਸੀਂ ਤਾਂ ਉਹਨਾਂ ਦੀ ਜੁਗਤ ਦੀ ਏਕਤਾ ਸ਼ਬਦਤਾ ਜਿਹੜੀ ਹੈ ਉਹਨੂੰ ਗੁਰੂ ਮੰਨ ਲਿਆ, ਉਹ ਹੈ ਜੋਤ ਉਹ ਜੁਗਤ ਸਾਹਿਬ ਸਹਿਤਾ ਹੈ ਫਿਰ ਪ੍ਰਟੀ ਹੈ। ਤਾਂ ਇਹ ਖਿਆਲ ਕਰਿਓ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਜਿੰਨੀ ਬਾਣੀ ਹੈ ਉਹ ਹੈ ਜੁਗਤ, ਗੁਰੂ ਦੇਹ ਕਰਕੇ ਵਿੱਚ ਵੀ ਬੈਠੇ। ਰਾਤੀ ਨੇ ਗੱਲ ਕੀਤੀ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸੂਕਸ਼ਮਤਾ ਦਾ ਸਰੂਪ ਹੈ, ਤੇ ਮੈਂ ਅਰਜ਼ ਕੀਤੀ ਸੀ ਭਲਿਓ ਸ੍ਰੀ ਗੁਰੂ ਗ੍ਰੰਥ ਸਾਹਿਬ ਵੀ ਅੱਜ ਤੁਸੀਂ ਆਖੋ ਇੱਕ ਦੇਸ਼ ਤੋਂ ਦੂਜੇ ਦੇਸ਼ ਲਿਜਾਣਾ ਹੋਵੇ, ਤੇ ਕੋਈ ਸਿਕਿਉਰਿਟੀ ਵਾਲਾ ਕਿਸੇ ਬਾਰਡਰ ਤੇ ਕਿਨਾਰੇ ਤੇ ਤੁਹਾਨੂੰ ਆਖੇਗਾ ਦਿਖਾ ਇਹ ਜਿਹੜਾ ਲਪੇਟ ਕੇ ਤੂੰ ਸਿਰ ਤੇ ਉਠਾਇਆ ਹੋਇਆ ਇਹ ਕੀ ਹੈ, ਧੋਖਾ ਨਾ ਹੋ ਜਾਏ, ਸਿਕਿਉਰਿਟੀ ਦਾ ਮਸਲਾ, ਉਹਦੀ ਮਰਜ਼ੀ ਨਾ ਹੋਵੇ ਸ੍ਰੀ ਗੁਰੂ ਗ੍ਰੰਥ ਸਾਹਿਬ ਵੀ ਨਾ ਲੰਘਣ ਦੇਵੇ ਬਾਰਡਰ ਤੋਂ, ਕਿਉਂਕਿ ਪੱਤਰੇ ਨੇ, ਅੱਖਰ ਨੇ, ਜਿਲਦ ਹੈ, ਰੁਮਾਲੇ ਨੇ, ਸਾਰੇ ਸਥੂਲ ਨੇ, ਪਰ ਸਿੱਖ ਦਾ ਗੁਰੂ ਹੈ ਸ਼ਬਦ, ਇਹਨਾਂ ਦੇ ਵਿੱਚ ਤਾਂ ਸੰਭਾਲ ਕੇ ਰੱਖਿਆ ਹੋਇਆ। ਅਸੀਂ ਇਸ ਲਈ ਪੂਜਾ ਕਰਨੇ ਹਾਂ, ਸੰਭਾਲ ਕਰਨੇ ਹਾਂ, ਸੇਵਾ ਕਰਨੇ ਹਾਂ, ਨਮਸਕਾਰ ਅਤੇ ਸਤਿਕਾਰ ਕਰਨੇ ਹਾਂ, ਕਿਉਂਕਿ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੰਭਾਲ ਕੇ ਰੱਖਿਆ ਹੋਇਆ, ਸਾਡਾ ਗੁਰੂ ਹੈ ਸ਼ਬਦ। ਅਤੇ ਪਰ ਸਾਡੇ ਅੰਦਰ ਜੱਬੀ ਸਾਹਿਬ ਹੋਵੇ, ਅਤੇ ਮੈਂ ਕੀਤੀ ਸੀ ਕੋਈ ਸਿਕਿਉਰਿਟੀ ਵਾਲ ਨੂੰ ਆਖੋ ਚੈੱਕ ਕਰ ਲੈ, ਆਖ ਮੈਂ ਤੇਰੇ ਅੰਦਰੋਂ ਜੱਬੀ ਸਾਹਿਬ ਨਹੀਂ ਲੰਘਣਾ, ਤੈਨੂੰ ਜ਼ਬਾਨੀ ਯਾਦ ਹੋਵੇ, ਤੇਰੇ ਅੰਦਰ ਬੈਠਾ ਹੋਵੇ ਸੁਖਮਣੀ ਸਾਹਿਬ, ਕੋਈ ਸਿਕਿਉਰਿਟੀ ਅਫੀਸਰ ਤੈਨੂੰ ਆਖੇ ਮੈਂ ਤੇਰਾ ਅੰਦਰ ਬੈਠਾ ਹੋਇਆ ਸੁਖਮਣੀ ਸਾਹਿਬ ਨਹੀਂ ਲੰਘਣ ਦਿੰਦਾ, ਸੂਖਮ ਤੇਰੇ ਕੋਲ ਤਾਕਤ ਹੀ ਨਹੀਂ, ਕੋਈ ਐਸਾ ਮੈਂਟਲ ਸਟ੍ਰਕਚਰ ਤੇਰੇ ਕੋਲ ਨਹੀਂ ਜਿਹੜਾ ਮੇਰੇ ਅੰਦਰੋਂ ਜੱਬੀ ਸਾਹਿਬ ਨੂੰ ਪਛਾਣ ਲਵੇ, ਮੇਰੇ ਅੰਦਰੋਂ ਸੁਖਮਣੀ ਸਾਹਿਬ ਨੂੰ ਪਛਾਣ ਲਵੇ, ਸੂਖਮ। ਇਸੇ ਵੀ ਸਿੱਖ ਨੂੰ ਜੁਗਤ ਨਾਲ ਜੁੜੇ, ਸਰੀਰ ਨਾਲ ਨਹੀਂ, ਕਾਇਆ ਨਾਲ ਨਹੀਂ, ਜੁਗਤ ਨਾਲ। ਅਤੇ ਜੁਗਤ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭਾਵੇਂ ਬਾਬਾ ਕਬੀਰ ਜੀ ਦੀ ਰਸਨਾ ਤੋਂ ਉਹ ਹੋਈ। ਇਸੇ ਲਈ ਉਸੇ ਜੁਗਤ ਦਾ ਕੰਮ ਹੈ ਭਰਮ ਨੂੰ ਦੂਰ ਕਰਨਾ, ਉਸੇ ਜੁਗਤ ਦਾ ਕੰਮ ਹੈ ਅਸਲੀਅਤ ਕੌਮ ਦੇ ਸਾਹਮਣੇ ਲਿਆਉਣਾ, ਮਨੁੱਖਤਾ ਦੇ ਸਾਹਮਣੇ ਲਿਆਇਆ ਲਿਆਉਣ ਲਈ। ਅੱਜ ਬਾਬਾ ਕਬੀਰ ਜੀ ਦੀ ਰਸਨਾ ਤੋਂ ਉਹ ਜੁਗਤ ਆ ਰਹੀ, ਬਾਬਾ ਕਬੀਰ ਆਖ ਰਹੇ ਪਾਪੀ ਹੋ ਰਹੇ ਪਰ
ਦੁਨੀਆਂ ਦੇ ਲੋਕ ਭੁੱਲ ਗਏ ਮਾਲਕ ਬ੍ਰਹਮਨਿਜ਼ਮ ਦੇ ਭੁਲੇਖੇ ਪੈ ਕੇ ਭੁੱਲ ਗਏ ਉਹਨੇ ਵੀ ਸਮਝ ਲਿਆ ਕਿਸੇ ਰੱਬ ਦੀ ਪੂਜਾ ਕਰਨੀ ਕਿਸੇ ਭਗਵਾਨ ਦੇ ਸਮਰਪਣ ਕੁਝ ਕਰਨਾ ਤੇ ਫੁੱਲ ਭਗਵਾਨ ਦੇ ਸਮਰਪਣ ਹੋ ਜਾਣ ਇਸ ਨਾਲ ਹੋਰ ਖੁਸ਼ਕਿਸਮਤੀ ਕਿਹੜੀ ਹੈ ਭਗਵਾਨ ਦੇ ਸਮਰਪਣ ਇਸ ਲਈ ਉਹਨੇ ਫੁੱਲ ਤੋੜੇ ਪੱਤੀਆਂ ਤੋੜੀਆਂ ਪਰ ਇਹ ਨਾ ਸਮਝੀ ਕਿ ਇਹਨਾਂ ਪੱਤੀਆਂ ਵਿੱਚ ਤਾਂ ਜੀਵਨ ਹੈ ਇਹਨਾਂ ਫੁੱਲਾਂ ਦੇ ਬੂਟਿਆਂ ਵਿੱਚ ਤਾਂ ਜੀਵਨ ਹੈ ਕਿਉਂਕਿ ਜੀਵਨ ਦੀ ਨਿਸ਼ਾਨੀ ਹੈ ਉਹ ਖੁਰਾਕ ਵੀ ਚਾਹੁੰਦੇ ਨੇ ਪਾਣੀ ਦੀ ਸਹੀ ਖਾਦ ਦੀ ਸਹੀ ਧਰਤੀ ਦੀ ਸਹੀ ਖੁਰਾਕ ਵੀ ਚਾਹੁੰਦੇ ਉਹ ਧੁੱਪ ਵੀ ਚਾਹੁੰਦੇ ਨੇ ਉਹ ਆਕਸੀਜਨ ਵੀ ਚਾਹੁੰਦੇ ਨੇ ਤਿੰਨੋਂ ਚੀਜ਼ਾਂ ਨਾਲ ਹੁਣ ਕੋਈ ਬੂਟਾ ਪੈਦਾ ਹੀ ਨਹੀਂ ਹੁੰਦਾ ਚਾਹੁੰਦੇ ਪਰ ਇਹ ਪੱਥਰ ਤਾਂ ਕੋਈ ਵੀ ਨਹੀਂ ਚਾਹੁੰਦਾ ਇਹ ਨਿਰਜੀਵ ਹੈ ਇਹਦੇ ਵਿੱਚ ਜੀਵਨ ਕੋਈ ਨਹੀਂ ਤੂੰ ਇੱਕ ਜਿਉਂਦੀ ਸ਼ੈ ਨੂੰ ਸਮਰਪਣ ਤੇ ਭੇਟ ਕਰ ਲਈ ਇਹ ਕੱਟ ਕੇ ਨਿਰਜੀਓ ਦੇ ਸਾਹਮਣੇ ਕਹਿਣ ਲੱਗੀ ਭੁੱਲੀ ਜਾਗਦਾ ਹੈ ਉਹ ਪੱਥਰ ਨਹੀਂ ਉਹ ਜਿਉਂਦਾ ਹੈ ਠਾਕਰ ਹਮਾਰਾ ਸਦ ਬੋਲਨਤਾ ਸਰਬ ਜੀਆਂ ਕੋ ਪ੍ਰਭ ਦਾਨ ਦਿੱਤਾ ਨਾ ਪੱਥਰ ਬੋਲੇ ਨਾ ਕਿਛ ਦੇ ਕਿੰਨੀ ਭੇਟ ਕਰ ਰਹੀ ਹੈ ਬ੍ਰਹਮ ਪਾਤੀ ਵਿਸ਼ਨਧਾਰੀ ਫੂਲ ਸ਼ੰਕਰ ਕਰਤਵ ਕਰਤਵ ਤੋਂ ਕੋਈ ਜੁਗਤ ਤੋਂ ਦੇ ਤੋਂ ਨਹੀਂ ਕਰਤਾਵ ਵੱਲ ਕਹਿੰਦੇ ਨੇ ਉਹ ਮਾਲ ਜੇ ਕਰਤਾਵ ਵੱਲ ਦੇਖੇ ਤੇ ਤਿੰਨ ਦੇਵਤੇ ਤਾਂ ਉੱਪਰ ਤੱਕ ਤੋੜ ਰਹੀ ਹੈ ਖਤਮ ਕਰ ਰਹੀ ਕਿੰਨੀ ਸੇਵਾ ਕਰ ਰਹੀ ਹੁਣ ਬ੍ਰਹਮਾ ਕੀ ਇਹ ਘੜਨ ਹਾਲ ਸਾਜਨ ਹਾਲ ਕਿਸੇ ਦਾ ਸਰੂਪ ਚਿੱਟਣ ਵੱਲ ਤੇ ਪੱਤੀਆਂ ਬਿਨਾਂ ਪੱਤੀਆਂ ਨਾ ਜੁੜਨ ਤਾਂ ਫੁੱਲ ਦਾ ਸਰੂਪ ਨਹੀਂ ਚਿੱਤਰਿਆ ਜਾਂਦਾ ਪੱਤੀ ਪੱਤੀ ਜੁੜਦੀ ਹੈ ਤਾਂ ਫੁੱਲ ਦਾ ਸਰੂਪ ਜੁੜਦਾ ਮਨ ਨੂੰ ਪੱਤੀਆਂ ਜਿਹੜੀਆਂ ਨੇ ਉਹ ਫੁੱਲ ਲਈ ਇੱਕ ਬ੍ਰਹਮਾ ਨੇ ਸਰੂਪ ਦਿੱਤੀਆਂ ਨੇ ਪੱਤੀਆਂ ਦੇ ਰੰਗ ਤੋਂ ਹੀ ਫੁੱਲ ਦਾ ਪਤਾ ਲੱਗਦਾ ਹੈ ਪੱਤੀਆਂ ਦੀ ਸ਼ਕਲ ਤੇ ਉਹਨਾਂ ਦੀ ਆਪਸੀ ਮਿਲਵਰਤਨ ਤੋਂ ਹੀ ਪੈਦਾ ਹੁੰਦਾ ਹੈ ਸਰੂਪ ਫੁੱਲ ਦਾ ਇਸ ਲਈ ਮਨ ਨੂੰ ਪੱਤੀਆਂ ਜਿਹੜੀਆਂ ਨੇ ਬ੍ਰਹਮਾ ਦਾ ਕੰਮ ਕਰਦੀਆਂ ਤੇ ਵਿਸ਼ਨੂੰ ਕਹਿੰਦੇ ਨੇ ਵਿਸ਼ਨੂੰ ਕਹਿੰਦੇ ਨੇ ਰੋਜ਼ੀਦਾਤਾ ਰੋਜ਼ੀਦਾਤਾ ਬ੍ਰਹਮਣ ਦੇ ਖਿਆਲ ਮੁਤਾਬਕ 33 ਕਰੋੜ ਦੇਵਤਿਆਂ ਵਿੱਚ ਜਿਹੜਾ ਵਿਸ਼ਨੂੰ ਰੋਜ਼ੀਦਾਤਾ ਕਹਿਣ ਲੱਗੇ ਟਾਹਣੀਆਂ ਜਿਹੜੀਆਂ ਨੇ ਡਾਲੀ ਜਿਹੜੀ ਹੈ ਉਹ ਰੋਜ਼ੀ ਦਾਤਾ ਕਿਉਂਕਿ ਉਹੀ ਤਾਂ ਧਰਤੀ ਤੋਂ ਖੁਰਾਕ ਲਿਆ ਕੇ ਫੁੱਲ ਤੱਕ ਪਹੁੰਚਾਉਂਦੀ ਹੈ ਧਰਤੀ ਤੋਂ ਖੁਰਾਕ ਲੈ ਕੇ ਪਹੁੰਚਾਉਣ ਵਾਲੀ ਡਾਲੀ ਟਾਹਣੀ ਟਾਹਣੀ ਡਾਲੂ ਟੁੱਟ ਜਾਏ ਫੁੱਲ ਜਿੰਨਾ ਮਰਜ਼ੀ ਖੂਬਸੂਰਤ ਹੋਵੇ ਧਰਤੀ ਤੋਂ ਲਿਆ ਕੇ ਖੁਰਾਕ ਨਹੀਂ ਮਿਲਣੀ ਫੁੱਲ ਸੁੱਕ ਜਾਏਗਾ ਪੂਰਾ ਜਾਏ ਵਿਸ਼ਨ ਡਾਲੀ ਟਾਹਣੀ ਵਿਸ਼ਨੂੰ ਖੁਰਾਕ ਤੇ ਜਿੱਥੇ ਜਾ ਕੇ ਮੌਤ ਹੋ ਜਾਏ ਖਤਮ ਹੋ ਜਾਏ ਉਹਨੂੰ ਸ਼ਿਵਜੀ ਆਖਦੇ ਕਿਉਂਕਿ ਸ਼ਿਵ ਜਿਹੜਾ ਉਹ ਮੌਤ ਦਾ ਦੇਵਤਾ ਤੇ ਫੁੱਲ ਆਪਣੇ ਆਪ ਨੇ ਜਦੋਂ ਪੂਰਾ ਹੋ ਜਾਏ ਉਦੋਂ ਮਨ ਨੂੰ ਸ਼ਿਵ ਦੇ ਹਵਾਲੇ ਹੋ ਜਾਂਦਾ ਕਿਉਂਕਿ ਉਸ ਤੋਂ ਬਾਅਦ ਹੁੰਦਾ ਕੁਝ ਵੀ ਨਹੀਂ ਹੁੰਦਾ ਪੱਤੀ ਪੱਤੀ ਹੋ ਜਾਂਦਾ ਨਹੀਂ ਕੋ ਤੋੜੇ ਤਾਂ ਵੀ ਟੁੱਟ ਜਾਂਦਾ ਇਸ ਲਈ ਮੈਨੂੰ ਦਿਸਦਾ ਹੈ ਜਿਵੇਂ ਬ੍ਰਹਮਾ ਵਿਸ਼ਨੂੰ ਤੇ ਸ਼ਿਵ ਤਿੰਨੇ ਦੇਵਤੇ ਤੂੰ ਇਕੱਠੇ ਖਸ ਲੈ ਜੁਗਤ ਦੇ ਮੁਤਾਬਕ ਤੋੜ ਕੇ ਕਿੰਨੀ ਸੇਵਾ ਕਰ ਰਹੀ ਹੈ ਜਿਹੜਾ ਆਪ ਨਿਰਜੀਵ ਹੈ ਬ੍ਰਹਮ ਪਾਤੀ ਵਿਸ਼ਨੂੰ ਨਾਰੀ ਫੂਲ ਸ਼ੰਕਰ ਦੇਵ ਤੀਨ ਦੇਵ ਪ੍ਰਤੱਖ ਤੋਰੇ ਕਰੇ ਕਿਸ ਕੀ ਸੇਵ ਫਿਰ ਉਹ ਦ੍ਰਿਸ਼ਟਾਂਤ ਦਿੰਦੇ ਉਹ ਕਹਿੰਦੇ ਨੇ ਭਰੀਏ ਕਿਹਨੂੰ ਭਗਵਾਨ ਬਣਾਈ ਬੈਠੀ ਹੈ ਜਿਹਨੂੰ ਮਨੁੱਖ ਕਰਦਾ ਤੇ ਘਟਣ ਲੱਗਿਆ ਉਹ ਇਹ ਨਹੀਂ ਸਮਝਦਾ ਉਹ ਵੀ ਨਹੀਂ ਸਮਝਦਾ ਕਿ ਭਗਵਾਨ
पखाण गढ़ के मूर्त की नी पखाण पाओ पत्थर नु काढ़ के उन्हें मूर्त बनाई ते बनान लगिया देख छाती पाओ उन्दे छाती ते सीने ते एक पैर रख लिया कदी घड़न वाले पत्थर नु घड़न वाले देखो एक पैर उनका पत्थर दे उत्ते हुंदा हाथ दे छैनी ते हथौड़ी हुंदी अखाण गढ़ के मूर्त की नी देख छाती पाओ जे ए मूर्त साची है ता घड़े ना देखाओ ये मूर्त सचमुच भगवान हुंदी ਜਿਸ ਮੂਰਤ ਵਿੱਚ ਸੱਚਮੁੱਚ ਜੀਵ ਹੁੰਦਾ ਜੀਵਨ ਦਾ ਕੁਝ ਅੰਸ਼ ਵੀ ਹੁੰਦਾ ਤੇ ਇਹਨੂੰ ਗੁੱਸਾ ਨਾ ਆਉਂਦਾ ਮੇਰੇ ਸੀਨੇ ਤੇ ਪੈਰ ਰੱਖ ਕੇ ਮੈਂ ਭਗਵਾਨ ਹੋਵਾਂ ਤੇ ਮੇਰੇ ਸੀਨੇ ਤੇ ਪੈਰ ਰੱਖ ਕੇ ਛੈਣੀਆਂ ਪਿਆ ਚਲਾਉਂਦਾ ਸਭ ਤੋਂ ਪਹਿਲਾਂ ਮੈਂ ਇਹਦੇ ਕੋਲ ਬਦਲੇ ਲਵਾਂ ਜੇ ਇਹ ਮੂਰਤ ਸਾਚੀ ਹੈ ਤਾਂ ਘੜੇ ਨਾ ਦੇਖਾਓ ਕਹਿਣ ਲੱਗੇ ਮਾਲਣ ਭੁੱਲ ਗਏ ਕਿ ਬ੍ਰਾਹਮਣਿਜ਼ਮ ਦੇ ਇਸ ਅਡੰਬਰ ਤੇ ਭਰਮਣ ਨੂੰ ਜਾਣਦੀ ਨਹੀਂ ਸੀ ਬ੍ਰਾਹਮਣ ਨਿਰਾ ਇੱਕ ਨੂੰ ਨਹੀਂ ਸਾਰੇ ਸੰਸਾਰ ਨੂੰ ਭੁਲਖਾ ਪਾ ਰਿਹਾ ਤੂੰ ਤੇ ਫੁੱਲ ਲਿਜਾ ਰਹੀ ਹੈ ਨਾ ਤੂੰ ਤਾਂ ਪਤੀਆਂ ਭੇਟ ਕਰਨ ਲਈ ਸਮਰਪਿਤ ਕਰਨ ਲਈ ਲਿਜਾ ਰਹੀ ਹੈ ਬਹੁਤ ਸਾਰੇ ਲੋਕ ਨੇ ਜਿਹੜੇ ਤਰ੍ਹਾਂ ਤਰ੍ਹਾਂ ਦੇ ਭੋਜਨ ਬਣਾ ਕੇ ਵੀ ਲਿਆ ਰਹੇ ਕੋਈ ਕਸਾਰ ਬਣਾ ਕੇ ਪੰਜੀਰੀ ਬਣਾ ਕੇ ਲਈ ਆਉਂਦਾ ਕੋਈ ਦਲੀਆ ਬਣਾ ਕੇ ਲਈ ਆਉਂਦਾ ਕੋਈ ਖਿਚੜੀ ਬਣਾ ਕੇ ਲਈ ਆਉਂਦਾ ਤਰ੍ਹਾਂ ਤਰ੍ਹਾਂ ਦੇ ਭੋਜਨ ਬਣਾ ਕੇ ਥਾਲ ਸਜਾ ਕੇ ਲੈ ਆਉਂਦੇ ਨੇ ਕਿਉਂਕਿ ਬ੍ਰਹਮ ਨੇ ਆਖਿਆ ਭਗਵਾਨ ਭੋਗ ਲੈਂਦੇ ਨੇ ਦੇਖਿਓ ਖਿਮਾ ਕਰਿਓ ਜਾਣੇ ਅਣਜਾਣੇ ਸਾਡੇ ਵਿੱਚ ਵੀ ਬ੍ਰਾਹਮਣ ਇਸ ਮੂੰਹ ਵਿੱਚ ਆ ਰਿਹਾ ਉਸੇ ਤਰ੍ਹਾਂ ਬਹੁਤ ਕੁਝ ਬਣਾ ਕੇ ਲਿਆਂਦਾ ਹੈ ਬ੍ਰਾਹਮਣ ਨੇ ਇਹ ਉਂਗਲ ਫੜ ਲਾ ਲਾ ਕੇ ਇੱਕ ਇੱਕ ਭੋਜਨ ਦਾ ਕੁਝ ਹਿੱਸਾ ਉਸ ਪੱਥਰ ਦੀ ਮੂਰਤੀ ਦੇ ਮੂੰਹ ਨਾਲ ਲਾ ਦਿੱਤਾ ਤੇ ਆਖਿਆ ਭਗਵਾਨ ਨੂੰ ਭੋਗ ਲੱਗ ਗਿਆ ਬਾਕੀ ਆਪਣੇ ਸ਼ਾਲਾ ਭੇਜ ਦਿੱਤਾ ਪੇਟਸ਼ਾਲਾ ਵਿੱਚ ਛੱਤ ਲਿਆ ਹੁਣ ਲੋਕ ਤੇ ਆਪ ਵੱਲੋਂ ਬੜੇ ਪ੍ਰਸੰਨ ਨੇ ਜਿਹੜਾ ਭੋਜਨ ਅਸੀਂ ਬਣਾ ਕੇ ਲੈ ਗਿਆ ਸਭ ਭਗਵਾਨ ਨੇ ਛਕਿਆ ਭਗਵਾਨ ਨੇ ਭੋਗ ਲਾਇਆ ਸਾਡੇ ਸਾਹਮਣੇ ਬ੍ਰਾਹਮਣ ਨੇ ਭੋਗ ਲਵਾਇਆ ਪਰ ਜਿਹੜੀ ਅਗਲੀ ਗੱਲ ਬਾਬਾ ਕਬੀਰ ਜੀ ਨੇ ਆਖੀ ਮੈਂ ਬੜੀ ਖੂਬਸੂਰਤ ਪਰਬ ਨੂੰ ਦੂਰ ਕਰਨ ਵਾਲੀ ਕਹਿਣਗੇ ਜਿਸ ਵੇਲੇ ਸਾਰੇ ਭੋਗ ਲਵਾਉਣ ਵਾਲੇ ਤੁਰ ਗਏ ਬ੍ਰਾਹਮਣ ਨੇ ਸੋਚਿਆ ਇਸ ਪੱਥਰ ਦੀ ਮੂਰਤੀ ਦੇ ਮੂੰਹ ਤੇ ਕਈ ਤਰ੍ਹਾਂ ਦਾ ਭੋਜਨ ਲੱਗਿਆ ਕੀੜੀਆਂ ਚੜਨਗੀਆਂ ਮੱਖੀਆਂ ਬੈਠਣਗੀਆਂ ਉਦੋਂ ਹੁਣ ਵਾਲੇ ਐਡੇ ਸ਼ਵਾਸ਼ਰ ਆਇਲ ਤੇ ਹੁੰਦੇ ਨਹੀਂ ਸਨ ਇਹਨਾਂ ਨਾਲ ਸੁੱਖ ਉਦੋਂ ਤੇ ਭਾਂਡੇ ਵੀ ਬਰਤਨ ਵੀ ਸੁਆਹ ਨਾਲ ਤੇ ਮਿੱਟੀ ਨਾਲ ਹੀ ਮਾਂਜੇ ਜਾਂਦੇ ਸਨ ਉਹਨੇ ਵੀ ਮਿੱਟੀ ਦਾ ਕੌਲਾ ਸੁਆਹ ਦਾ ਕੌਲਾ ਫੜਿਆ ਤੇ ਜਿਸ ਵੇਲੇ ਸਾਰੇ ਚਲੇ ਗਏ ਨਾ ਭਗਵਾਨ ਦੇ ਮੰਦਰ ਦੇ ਅੰਦਰ ਚਲਾ ਗਿਆ ਜਾ ਕੇ ਸੁਆਹ ਮਰ ਕੇ ਉਹਦੇ ਮੂੰਹ ਨੂੰ ਚੰਗੀ ਤਰ੍ਹਾਂ ਸਾਫ਼ ਕਰਨ ਲੱਗ ਗਿਆ ਸਾਫ਼ ਕਰਨ ਬਾਬਾ ਕਬੀਰ ਬੋਲ ਉੱਠੇ ਜ਼ਰੂਰ ਦੱਸਣਾ ਹੈ ਨਾ ਕਹਿੰਦੇ ਨੇ ਮੈਂ ਦੇਖਿਆ ਕਿ ਮੈਂ ਅਣਭਵ ਕੀ ਕੀਤਾ ਕਿਉਂਕਿ ਅਣਭਵ ਦੀ ਦੁਨੀਆ ਗੁਰਮੁਖ ਦੀ ਦੁਨੀਆ ਅਣਭਵ ਦੀ ਦੁਨੀਆ ਕਹਿਣ ਲੱਗੀ ਐਸੇ ਭਗਵਾਨ ਨੂੰ ਸਮਰਪਿਤ ਹੁੰਦੇ ਹਾਂ ਤੇ ਐਸੇ ਭਗਵਾਨ ਨੂੰ ਪਾਉਂਦੇ ਹਾਂ ਦੇਖਦੇ ਹਾਂ ਬ੍ਰਾਹਮਣਿਜ਼ਮ ਦੇ ਇਸ ਅਡੰਬਰ ਵਿੱਚੋਂ ਇੱਕ ਮਾਲਣ ਵੀ ਭੁੱਲੀ ਦੁਨੀਆ ਵੀ ਭੁੱਲ ਗਈ ਦੁਨੀਆ ਵੀ ਭੁੱਲ ਗਈ ਸੰਸਾਰ ਭੁੱਲਿਆ ਹੋਇਆ ਉਹਨਾਂ ਪੱਥਰ ਦੀਆਂ ਮੂਰਤੀਆਂ ਨੂੰ ਭਗਵਾਨ ਸਮਝ ਕੇ ਪੂਜੀ ਗਿਆ ਤੇ ਪੂਜੀ ਗਿਆ ਸਦੀਆਂ ਤੋਂ ਯੁੱਗ ਬੀਤ ਗਏ ਅੱਜ ਵੀ ਪੂਜੀ ਜਾ ਰਹੀ ਬਾਬਾ ਕਬੀਰ ਕਹਿੰਦੇ ਨੇ ਮੈਨੂੰ ਮੇਰੇ ਰੱਬ ਨੇ ਰੱਖ ਲਿਆ ਮੈਂ ਪੱਥਰ ਦੀ ਪੂਜਾ
ਨਹੀਂ ਕਰਦਾ, ਮੈਂ ਕਿਸੇ ਦਿਸਣ ਵਾਲੇ ਭਗਵਾਨ ਨੂੰ ਨਹੀਂ, ਮੈਂ ਸੂਖਮ ਭਗਵਾਨ ਜਿਹੜਾ ਮੇਰੇ ਅੰਦਰ ਵਸਦਾ, ਪੱਥਰ ਮੇਰੇ ਅੰਦਰ ਨਹੀਂ ਜਾ ਸਕਦਾ, ਗੁਟਕਾ ਵੀ ਮੇਰੇ ਅੰਦਰ ਨਹੀਂ ਜਾ ਸਕਦਾ, ਜਲਦੀ ਸਮਝਾ ਸਕਦਾ। ਕਹਿਣ ਲੱਗੇ ਸਥੂਲ ਚੀਜ਼ ਅੰਦਰ ਨਹੀਂ ਜਾਂਦੀ, ਇਸ ਲਈ ਸਥੂਲ ਭਗਵਾਨ ਅੰਦਰ ਨਹੀਂ ਜਾ ਸਕਦਾ, ਮੈਂ ਸੂਖਮ ਭਗਵਾਨ ਨੂੰ ਦੇਖਣਾ, ਜਿਸ ਬਾਰੇ ਆਖ ਸਕਾਂ ਸਭ ਮੈਂ ਜੋਤ, ਜੋਤ ਹੈ ਸੋਏ ਤਿਸ ਦੇ ਚਾਨਣ, ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ। ਇਸ ਲਈ ਦੁਨੀਆਂ ਦੇ ਲੋਕੋ ਦੇਖੋ, ਬ੍ਰਹਮਣਿਜ਼ਮ ਵਿੱਚੋਂ ਸੰਸਾਰ ਕਿਵੇਂ ਭੁਲੇਖੇ ਵਿੱਚ ਪਿਆ ਹੈ। ਮੈਂ ਵੀ ਨਹੀਂ ਭੁੱਲਿਆ, ਮੇਰਾ ਮੈਂ ਨਹੀਂ ਭੁੱਲਿਆ, ਬਾਕੀ ਤਾਂ ਸੰਸਾਰ ਭੁੱਲ ਰਿਹਾ ਹੈ। ਬਾਬਾ ਕਬੀਰ ਜੀ ਨੇ ਆਖਰੀ ਲਾਈਨਾਂ ਵਿੱਚ ਫੈਸਲਾ ਦਿੱਤਾ, ਕਹਿਣ ਲੱਗੇ ਸਮੁੰਦਰ ਵਿੱਚੋਂ ਕੱਢ ਦਿੰਦੇ ਹਾਂ, ਤਾਂ ਕਿ ਜੀਵਨ ਆਸਾਨ ਸਾਹਿਲ ਈਜ਼ੀ ਹੋ ਜਾਏ, ਉਹ ਇਹ ਮਹਿਸੂਸ ਕਰ ਲਵੇ ਮੈਂ ਜਿੱਥੇ ਜਾਵਾਂ ਉੱਥੇ ਮੇਰਾ ਮਾਲਕ, ਮੇਰਾ ਰੱਬ, ਮੇਰਾ ਭਗਵਾਨ ਮੇਰੇ ਨਾਲ ਹੈ। ਤੂੰ ਸਭਨੀ ਥਾਈ ਜਿੱਥੇ ਹੋ ਜਾਈ, ਮੈਨੂੰ ਕਿਸੇ ਠਾਕਰ ਦੁਆਰੇ, ਕਿਸੇ ਮੰਦਰ, ਕਿਸੇ ਹੱਜ, ਕਿਸੇ ਤੀਰਥ ਯਾਤਰਾ ਦੀ ਲੋੜ ਨਹੀਂ, ਮੇਰੇ ਅੰਦਰ ਹੀ ਤੀਰਥ ਹੈ। ਕਿੰਨਾ ਈਜ਼ੀ ਜੀਵਨ ਹੈ,
ਕਿੱਡਾ ਸੌਖਾ ਜੀਵਨ ਦਾ ਗੁਰੂ ਬਖਸ਼ਿਸ਼ ਕਰੇ। ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਤੋਂ ਅਗਵਾਈ ਲੈਂਦੇ ਹੋਏ ਆਪਣੇ ਜੀਵਨ ਨੂੰ ਸਹਿਜ ਗੁਰਮਤ ਦੇ ਅਨੁਕੂਲ ਕਰ ਲਈਏ। ਜੁਗਤ ਨਾਲ ਜੁੜੀਏ, ਸਰੀਰਾਂ ਨਾਲ ਨਹੀਂ, ਸਥੂਲ ਨਾਲ ਨਹੀਂ, ਜੁਗਤ ਨਾਲ। ਸੋ ਜਦੋਂ ਅਸੀਂ ਇਹ ਆਖਦੇ ਹਾਂ ਮੇਰਾ ਸ਼ਬਦ ਗੁਰੂ ਹੈ, ਸ਼ਬਦ ਗੁਰੂ ਸੁਰਤ ਤੋਂ ਚੇਲਾ, ਸਿੱਖ ਅਤੇ ਗੁਰੂ ਦਾ ਜਦੋਂ ਇਹ ਰਿਸ਼ਤਾ ਕਾਇਮ ਕਰਦੇ ਹਾਂ ਨਾ, ਉਦੋਂ ਸਾਡਾ ਸੂਖਸ਼ਮ ਨਾਲ ਰਿਸ਼ਤਾ ਹੋ ਜਾਂਦਾ ਹੈ, ਕਿਉਂਕਿ ਸ਼ਬਦ ਵੀ ਸੂਖਸ਼ਮ ਹੈ, ਸੁਰਤ ਵੀ ਸੂਖਸ਼ਮ ਹੈ, ਦੋਵਾਂ ਦਾ ਆਪਸੀ ਰਿਸ਼ਤਾ ਹੋ ਜਾਂਦਾ ਹੈ। ਫਿਰ ਜਿੱਥੇ ਵੀ ਤੁਰੇ ਜਾਓ, ਨਾ ਇਹਨੂੰ ਕੋਈ ਸਿਕਿਉਰਿਟੀ ਵਾਲਾ ਚੈੱਕ ਕਰ ਸਕਦਾ, ਨਾ ਇਹਨੂੰ ਕਿਸੇ ਵੀਜ਼ੇ ਦੀ ਲੋੜ ਪੈਂਦੀ ਹੈ, ਨਾ ਕਿਸੇ ਨੂੰ ਇਮੀਗ੍ਰੇਸ਼ਨ ਵਾਲਾ ਕੋਈ ਚੈੱਕ ਕਰਕੇ ਕਿਸੇ ਨੂੰ ਵੱਖਰਾ ਕਰ ਲਵੇ, ਬਿਲਕੁਲ ਨਹੀਂ। ਗੁਰੂ ਵੀ ਨਾਲ ਜਾਂਦਾ, ਰੱਬ ਵੀ ਨਾਲ ਜਾਂਦਾ। ਫਿਰ ਆਖਦਾ ਜੈ ਜੈ ਜਾਓ ਤਹਾਂ ਤੇਰੀ ਸੇਵਾ, ਤੁਮ ਸੋ ਠਾਕਰ ਔਰ ਨਾ ਦੇਵਾ। ਗੁਰੂ ਬਖਸ਼ਿਸ਼ ਕਰੇ, ਇਹ ਜੀਵਨ ਪ੍ਰਦਾਨ ਕਰੇ ਇੰਨੀ ਸੇਵਾ। ਇਸ ਵਾਰ ਦੇ ਇਸ ਟ੍ਰਿਪ ਦੀ ਪ੍ਰਬੰਧ ਕਰਨਾ ਚ ਮੈਂ ਰਾਤ ਅਰਜ਼ ਕੀਤੀ ਸੀ। ਅੱਜ ਦੇ ਇਸ ਦਿਵਾਲ ਦੀ ਸਮਾਪਤੀ ਤੋਂ ਬਾਅਦ ਕੁਛ ਸਮੇਂ ਲਈ, ਜੋ ਮੇਰੇ ਸਤਿਗੁਰੂ ਨੂੰ ਪਾਏ, ਜਿੰਨੇ ਕੁ ਸਮੇਂ ਲਈ ਗੈਰ ਹਾਜ਼ਰ ਹੋਵਾਂਗਾ, ਖਿਮਾ ਕਰ ਦੇਣਾ। ਆਪਣੇ ਪਰਿਵਾਰ ਵਿੱਚ ਮੁੜ ਬੈਠ ਮਿਲ ਬੈਠਣ ਲਈ ਇੰਤਜ਼ਾਰ ਕਰਾਂਗਾ। ਗੁਰੂ ਬਖਸ਼ਿਸ਼ ਕਰੇ, ਅਰਦਾਸ ਕਰ ਦੇਣਾ ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾਚੇ ਖਾਂ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਪੀਰੀਅਡ ਵਿੱਚ ਬੜੀ ਸੋਹਣੀ ਸੇਵਾ ਨਿਭਾਈ ਉਹਨਾਂ ਨੇ ਮੇਰੀ ਗੈਰ ਹਾਜ਼ਰੀ ਵਿੱਚ, ਬਲਕਿ ਮੇਲ ਨਹੀਂ ਕੇ ਸਿਰਫ ਔਰ ਲੈ ਕੇ ਬੈਠੇ, ਅਸੀਂ ਉਡੀਕਦੇ ਰਹੇ ਡੇਢ ਮਹੀਨੇ ਤੋਂ। ਸਤਿਕਾਰ ਮਾਨ ਸਿੰਘ ਤਾਂ ਚੱਲ ਗਿਆ, ਅੱਜ ਹੁਣ ਮੇਰੀ ਥਾਂ 'ਤੇ ਅਜੀਤਪਾਲ ਸਿੰਘ ਦੀ ਮਾਨ ਸਨਮਾਨ ਦੇਣਗੇ, ਕਿਉਂਕਿ ਅੱਗੇ ਵੀ ਇਹਨਾਂ ਨੇ ਸਦਾਖਣਾ ਹੈ ਕਿ ਮੈਨੂੰ ਸਿਰਫ ਗੈਰ ਵੀ ਹੋਏਗੀ, ਕਿਉਂਕਿ 2:30 ਵਜੇ ਹੈ ਫਲਾਈਟ ਕਰਾਉਣਾ ਚਾਹੁੰਦਾ, ਇਸ ਵੀ ਹੋ ਸਕਦਾ ਹੈ ਆਉਣ ਵਾਲੇ ਆ 2-4-10 ਮਿੰਟ ਵਿੱਚ ਆਪ ਜੀ ਕੋਲੋਂ ਇਜਾਜ਼ਤ ਲੈ ਲਾ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।